ਮੈਂ ਤਿੰਨ ਐਂਬੂਲੈਂਸਿਸ ਇੱਥੇ ਇਸ਼ੂ ਕੀਤੀਆਂ ਅਤੇ ਬਸ ਮੈਂ ਇਹੀ ਚਾਹੁੰਦਾ ਕਿ ਹੌਲੀ ਹੌਲੀ ਮੈਂ ਹੋਰ ਜਿੰਨਾ ਕੁਛ ਚਾਹੀਦਾ ਹੈ ਉਹ ਸਾਰਾ ਕੁਛ ਅਸੀਂ ਕਰੀਏ ਇੱਥੇ, ਕਿਉਂਕਿ ਮੈਂ ਪਿਛਲੀ ਵਾਰ ਆਇਆ ਸੀ ਮੈਨੂੰ ਦੇਖਿਆ ਕਿ ਇੱਥੇ ਮਰੀਜ਼ਾਂ ਨੇ ਕੋਈ ਵੀ ਚੀਜ਼ ਸਹੀ ਨਹੀਂ ਸੀ, ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਨਹੀਂ ਪਰ ਮੈਂ ਜ਼ਰੂਰ ਕਰਾਂਗਾ, ਬਹੁਤ ਕੁਛ ਕਰਾਂਗਾ, ਕਿਉਂਕਿ ਸਿਹਤ ਸਾਰੇ ਤੋਂ ਜ਼ਰੂਰੀ ਚੀਜ਼ ਹੈ। ਨਾਲੇ ਬੰਦਾ ਹੋਸਪਿਟਲ ਆਉਂਦਾ ਕਿ ਇਸ ਉਮੀਦ ਨਾਲ ਕਿ ਮੈਂ ਠੀਕ ਹੋ ਜਾਊਂਗਾ, ਅਤੇ ਆਪਣੇ ਕੋਲ ਐਂਬੂਲੈਂਸ ਨਹੀਂ ਸੀਗੀ ਤਾਂ ਜਿਹਦੇ ਕਰਕੇ ਫਿਰ ਮੈਂ ਹੁਣ ਤਾਂ ਸ਼ੁਰੂਆਤ 'ਚ ਚਿੰਤਾ ਕੀਤੀਆਂ, ਅੱਗੇ ਦੇਖਦੇ ਹਾਂ ਆਪਾਂ ਕਿੱਥੇ ਜਾਈਏ। ਕੋਰੀਡੋਰ ਤੇ ਵੀ ਜਾ ਰਹੇ ਹੋ? ਉਹ ਬਾਅਦ ਦੀ ਗੱਲ ਹੈ, ਉਹ ਤਾਂ ਜਾਵਾਂਗੇ ਅਸੀਂ। ਹਾਂਜੀ ਹਾਂਜੀ, ਮੈਂ ਨਹੀਂ ਜਾਊਂਗਾ ਤਾਂ ਫਿਰ ਕੌਣ ਜਾਊਗਾ? ਮੇਰਾ ਇਲਾਕਾ, ਮੇਰਾ ਘਰ ਹੈ, ਜ਼ਰੂਰ ਜਾਊਂਗਾ। ਸਰ ਸਟੇਜਾਂ ਦੋ ਲੱਗ ਜਾਈਏ ਪੰਜਾਬ ਸਰਕਾਰ ਕੇਂਦਰ ਲਈ, ਇਹਦਾ ਤੁਹਾਡਾ ਕੀ ਰਿਐਕਸ਼ਨ ਹੈ? ਕੀ ਕਹਿ ਰਹੇ ਹੋ? ਸਟੇਜਾਂ ਦੋ ਲਾਈਆਂ ਜਾ ਰਹੀਆਂ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਖਰੇ ਵੱਖਰੇ ਸਟੇਜਾਂ ਲਾਈਆਂ ਜਾ ਰਹੀਆਂ। ਦੇਖੋ, ਸਾਰਿਆਂ ਦਾ ਮਤਲਬ, ਸਾਰਿਆਂ ਦਾ ਰੂਹ ਤੇ ਦਿਲ ਤਾਂ ਇਹੀ ਕਹਿ ਰਹੀ ਹੈ ਨਾ ਕਿ ਸਾਰਾ ਕੁਛ ਅੱਛਾ ਹੋ ਜਾਏ। ਇਹਦੇ ਨਾਲ ਇੱਕ ਪੀਸ ਹੀ ਹੋਊਗੀ ਦੋਨੋਂ ਪਾਸੇ, ਚਾਹੇ ਸਟੇਜ 10 ਲੱਗਣ ਚਾਹੇ 2 ਲੱਗਣ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸ਼ਰਧਾ ਸਹੀ ਹੋਣੀ ਚਾਹੀਦੀ ਹੈ ਬੰਦੇ ਦੀ। ਤੁਸੀਂ ਪਾਕਿਸਤਾਨ ਜਾ ਰਹੇ ਹੋ? ਹਾਂਜੀ, ਜਾਵਾਂਗੇ, ਜ਼ਰੂਰ ਜਾਵਾਂਗੇ। ਸੀਐਮ ਸਾਹਿਬ ਕਹਿ ਰਹੇ ਵੀ ਆਈਏਐਸ ਦਾ ਵੀ ਹੱਥੋਂ ਸਰਦਾ ਲਾਂਗੇ ਵਿੱਚ ਕੀ ਕਰੇਗਾ? ਦੇਖੋ, ਮੈਂ ਇਹ ਸਾਰੀਆਂ ਚੀਜ਼ਾਂ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ, ਇੰਟੈਲੀਜੈਂਸ ਨੂੰ ਜ਼ਿਆਦਾ ਪਤਾ ਹੋਊਗਾ ਕੀ ਨਹੀਂ ਹੈ, ਅਤੇ ਮੈਂ ਇਹਦੇ ਬਾਰੇ ਕੁਝ ਕਮੈਂਟ ਨਹੀਂ ਕਰਨਾ ਚਾਹੁੰਦਾ। ਸਾਨੂੰ ਅੱਜ ਸਨੀ ਦਿਓ ਸਰ ਜੀ ਸਾਡੇ ਕੋਲ ਆਏ ਸੀ, ਐਮ ਪੀ ਐਂਡ ਜਿਹੜੇ ਗੁਰਦਾਸਪੁਰ ਦੇ, ਅਤੇ ਉਹਨਾਂ ਨੇ ਸਾਨੂੰ ਦੋ ਐਂਬੂਲੈਂਸ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ, ਜਿਹੜੀਆਂ ਕਿ ਵੈੱਲ ਇਕਵਿਪਡ ਸਾਡੀਆਂ ਐਡਵਾਂਸ ਲਾਈਫ ਐਂਬੂਲੈਂਸ ਹੈ। ਸਪੋਰਟ ਸਾਰਾ ਉਹਨਾਂ 'ਚ ਸਾਰੀ ਮਸ਼ੀਨਰੀ ਹੈ, ਫਿਬਰੀਲੇਟਰ ਹੈ, ਵੈਂਟੀਲੇਟਰ ਹੈ, ਔਰ ਕਾਰਡੀਅਕ ਮੋਨੀਟਰ ਹੈ, ਅਤੇ ECG ਮਸ਼ੀਨ ਹੈ, ਸਾਰਾ ਕੁਝ ਹੈ ਉਹਦੇ ਵਿੱਚ। ਅਤੇ ਉਹ ਸਾਨੂੰ ਦੋ ਐਂਬੂਲੈਂਸ ਪ੍ਰੋਵਾਈਡ ਕਰਕੇ ਗਏ ਹੈ, ਇੱਕ ਬਟਾਲਾ ਅਤੇ ਇੱਕ ਗੁਰਦਾਸਪੁਰ, ਅਤੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਸੀ, ਅਤੇ ਮੈਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਇੰਨੀ ਦੇਰ ਦੀ ਜਿਹੜੀ ਮੰਗ ਹੈ ਉਹ ਪੂਰੀ ਕੀਤੀ ਹੈ, ਅਤੇ ਆਈ ਐਮ ਵੈਰੀ ਥੈਂਕਫੁਲ ਟੂ ਹਿਮ।